ਬਾਦ ਆ ਜਿਨ੍ਹਾਂ ਨੇ ਉਹਨਾਂ ਨੂੰ ਮਾਰ ਕੇ ਉਹ ਗੋਲਡਨ ਕਰਕੇ ਗੋਲੀਆਂ ਨਾਲ ਚਿੰਨੀ ਕਰਕੇ ਸੰਦੇਸ਼ ਦਿੱਤਾ ਕਿ ਅੱਗੋਂ ਤੋਂ ਜਿਹੜਾ ਵੀ ਇਸ ਥੇ 'ਚ ਇਹੋ ਜਿਹਾ ਕੰਮ ਕਰੇਗਾ, ਕੋਈ ਇਹੋ ਜਿਹੀ ਕਲੋਨੀ ਹਰਕਤ ਕਰੇਗਾ, ਉਹਦੇ 'ਤੇ ਇਹੋ ਹੀ ਖੋਤ ਆ ਜਾਏਗਾ। ਅੱਜ ਖੁਸ਼ੀ 'ਚ ਆਪਾਂ ਪੂਰੇ ਅੰਮ੍ਰਿਤਸਰ 'ਚ ਲੱਡੂ ਵੰਡ ਰਹੇ ਹਾਂ। ਸਾਰਿਆਂ ਨੂੰ ਇਹ ਚੀਜ਼ ਦਾ ਮੈਸੇਜ ਮਿਲੇ ਕਿ ਵੀ ਹਾਂ ਇਹਦੀ ਵੀ ਵੀਡੀਓ ਬਣਾ ਕੇ ਭੇਜਣੀ ਚਾਹੀਦੀ ਹੈ, ਵਾਇਰਲ ਹੋਣੀ ਚਾਹੀਦੀ ਹੈ ਇਹੋ ਜਿਹੀ ਵੀਡੀਓਜ਼, ਤਾਂ ਕਿ ਡਰੇ ਕੋਈ ਇਹੋ ਜਿਹੇ ਗਲਤ ਕੰਮ ਕਰਨ ਲੱਗਿਆ ਹਜ਼ਾਰ ਵਾਰੀ ਸੋਚ। ਕਿਸੇ ਦੇ ਮਰੇ 'ਤੇ ਆਪਾਂ ਖੁਸ਼ ਨਹੀਂ ਹੈਗੇ, ਪਰ ਜੋ ਅੱਜ ਕੰਮ ਹੋਇਆ, ਅੱਜ ਜਸ਼ਨ ਮਨਾਉਣ ਨੂੰ ਜੀ ਕਰ ਰਿਹਾ ਕਿ ਹਾਂ ਵੀ ਤੇਲੰਗਾਨਾ ਪੁਲਿਸ ਨੇ ਬਹੁਤ ਵਧੀਆ ਨਿਰਣੇ ਲਿਆ। ਹੈਦਰਾਬਾਦ ਵਿੱਚ ਡਾਕਟਰ ਪ੍ਰਿਯੰਕਾ ਰੈਡੀ ਦੇ ਰੇਪ ਤੋਂ ਬਾਅਦ, ਮਰਡਰ ਤੋਂ ਬਾਅਦ ਅੱਜ ਹੈਦਰਾਬਾਦ ਪੁਲਿਸ ਵੱਲੋਂ ਜਿਹੜਾ ਸੀਗਾ ਐਨਕਾਊਂਟਰ ਕੀਤਾ ਗਿਆ ਚਾਰਾਂ ਮੁਲਜ਼ਮਾਂ ਨੂੰ ਲੈ ਕੇ, ਔਰ ਪੂਰੇ ਦੇਸ਼ ਵਿੱਚ ਜਿਹੜੀ ਆ ਇਹਦੀ ਖੁਸ਼ੀ ਦੀ ਜਿਹੜੀ ਆ ਲਹਿਰ ਮਨਾਈ ਜਾ ਰਹੀ ਹੈ। ਉਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਆ ਇਸ ਚੀਜ਼ ਦੀ ਖੁਸ਼ੀ ਮਨਾ ਰਿਹਾ, ਔਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ 'ਤੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਲੱਡੂ ਖਵਾ ਕੇ, ਕਿਉਂਕਿ ਇਹ ਜਿਹੜਾ ਫੈਸਲਾ ਸੀਗਾ ਇਹ ਬਹੁਤ ਇਤਿਹਾਸਿਕ ਫੈਸਲਾ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਰਿੰਕੂ ਸ਼ਰਮਾ ਹੈ ਜੀ। ਅਸੀਂ ਇੰਡੀਪੈਂਡੈਂਟ ਸਟੂਡੈਂਟ ਜਿਹੜੀ ਪੂਰੇ ਪੰਜਾਬ 'ਚ ਕੰਮ ਕਰਦੀ ਏ, ਅਸੀਂ ਅੱਜ ਸਾਰਿਆਂ ਨੇ ਰਲ ਕੇ ਉਸ ਦੀ ਖੁਸ਼ੀ ਮਨਾ ਰਹੇ ਹਾਂ ਕਿ ਜਿਹੜੇ ਅੱਜ ਤੋਂ 10 ਦਿਨ ਪਹਿਲੋਂ ਇੱਕ ਲੇਡੀਜ਼ ਡਾਕਟਰ ਜਿਹੜੀ ਆਪਣੇ ਘਰ ਜਾ ਰਹੀ ਸੀ ਆਪਣੀ ਐਕਟਵਾ 'ਤੇ, ਅਤੇ ਉਸ ਐਕਟਵਾ ਨੂੰ ਉਹ ਹੀ ਦਰਿੰਦਿਆਂ ਨੇ ਪੈਂਚਰ ਕਰਕੇ ਮਦਦ ਕਰਨ ਦੇ ਬਹਾਨੇ ਉਸ ਲੇਡੀਜ਼ ਦੇ ਨਾਲ, ਡਾਕਟਰ ਲੇਡੀਜ਼ ਦੇ ਨਾਲ ਜਿਹੜਾ ਦੁਰਗੁਣਾ ਹਰਕਤ ਕੀਤੀ ਏ, ਉਹਦਾ ਰੇਪ ਕਰਕੇ ਉਸ ਤੋਂ ਬਾਅਦ ਉਹਨੂੰ ਜਿੰਦੀ ਨੂੰ ਸਾੜਤਾ। ਉਹਦੇ ਵਿੱਚ ਸਾਡੀ ਭਾਵੇਂ ਪੁਲਿਸ ਪ੍ਰਸ਼ਾਸਨ ਜਿਹੜਾ ਹੈਦਰਾਬਾਦ ਦਾ, ਜਿਨ੍ਹਾਂ ਨੇ ਉਹਨਾਂ ਨੂੰ ਮਾਰ ਕੇ ਅੰਕੋਟਡ ਕਰਕੇ ਗੋਲੀਆਂ ਨਾਲ ਚਿੰਨੀ ਕਰਕੇ ਸੰਦੇਸ਼ ਦਿੱਤਾ ਕਿ ਅੱਗੋਂ ਤੋਂ ਜਿਹੜਾ ਵੀ ਇਸ ਦੇਸ਼ 'ਚ ਇਹੋ ਜਿਹਾ ਕੰਮ ਕਰੇਗਾ, ਕੋਈ ਇਹੋ ਜਿਹੀ ਗਲੋਨੀ ਹਰਕਤ ਕਰੇਗਾ, ਅਤੇ ਉਹਦੇ 'ਤੇ ਇਹੋ ਹੀ ਖੋਤ ਆ ਜਾਏਗਾ। ਅੱਜ ਖੁਸ਼ੀ 'ਚ ਆਪਾਂ ਪੂਰੇ ਅੰਮ੍ਰਿਤਸਰ 'ਚ ਲੱਡੂ ਵੰਡ ਰਹੇ ਹਾਂ। ਕਿਆ ਕਹਿਣਾ ਚਾਹੋਗੇ ਕਿ ਪਹਿਲਾਂ ਵੀ 6 ਸਾਲ ਪਹਿਲਾਂ ਵੀ ਇੱਕ ਮਹਿਲਾ ਦੇ ਨਾਲ ਦਿੱਲੀ ਦੇ ਵਿੱਚ ਰੇਪ ਹੋਇਆ ਸੀ, ਕਿਹਾ ਉਸ ਟਾਈਮ ਇਹ ਸਜ਼ਾ ਮਿਲ ਜਾਂਦੀ ਤਾਂ ਸ਼ਾਇਦ ਅੱਜ ਨਾ ਹੁੰਦਾ? ਵੇਖੋ ਜੀ, ਦਰੇਰ ਆਏ ਦਰੁਸਤ ਆਏ, ਅੱਜ ਸਾਨੂੰ ਇਹ ਬੜੀ ਖੁਸ਼ੀ ਹੈ, ਪਰ ਆਪਾਂ ਚਾਹੁੰਦੇ ਹਾਂ ਕਿ ਉਸ ਲੜਕੀ ਨਾਲ ਵੀ ਜਿਹੜਾ ਇਹ ਕੰਮ ਹੋਇਆ ਸੀ ਅੱਜ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ, ਉਹ ਵੀ ਦਰਿੰਦਿਆਂ ਨੂੰ ਇੱਦਾਂ ਹੀ ਸ਼ਰੇਆਮ ਸੜਕ 'ਚ ਖਿਲਾਰ ਕੇ ਗੋਲੀਆਂ ਮਾਰਨੀਆਂ ਚਾਹੀਦੀਆਂ। ਇਹ ਸਨ ਅੰਮ੍ਰਿਤਸਰ ਦੇ ਵਿੱਚ ਅਲੱਗ ਅਲੱਗ ਸੰਸਥਾਵਾਂ ਜਿਹੜੀਆਂ ਨੇ ਉਹ ਸੈਲੀਬ੍ਰੇਸ਼ਨ ਕਰ ਰਹੀਆਂ ਨੇ, ਔਰ ਉਹਨਾਂ ਦੇ ਨਾਲ ਜਿਹੜੀਆਂ ਨੇ ਕੁਛ ਮਹਿਲਾਵਾਂ ਵੀ ਜਿਹੜੀਆਂ ਨੇ ਉਹ ਮੌਜੂਦ ਨੇ। ਭੈਣ ਜੀ ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਸ਼੍ਰੇਆ ਹੈ। ਸ਼੍ਰੇਆ ਜੀ, ਕਿਆ ਕਹਿਣਾ ਚਾਹੇਂਗੇ ਆਪ ਜੋ ਅੱਜ ਕਲਪਲਿਟ ਕੋ ਸਜ਼ਾਏ ਮੌਤ ਦੀ ਗਈ ਹੈ, ਕਿਆ ਕਹਿਣਾ ਚਾਹੇਂਗੇ? ਸਰ ਬਹੁਤ ਬੜੀਆ ਹੈ, ਬਹੁਤ ਅੱਛਾ ਸਟੈਪ ਲਿਆ ਹੈ ਗੌਰਮੈਂਟ ਨੇ ਕਿ ਇੰਸਟੈਂਟਲੀ ਉਨਕੋ ਸਜ਼ਾ ਮਿਲੀ ਹੈ, ਔਰ ਇਹ ਚੀਜ਼ਾਂ ਜੋ ਹੈ ਸਭ ਜਗ੍ਹਾ ਪਰ ਇਹ ਚੀਜ਼ ਹੋਣੀ ਚਾਹੀਏ, ਤਾਂ ਕਿ ਇਸ ਤਰ੍ਹਾਂ ਕੇ ਸਟੈਪ ਲੈਣੇ ਵਾਲੇ ਜੋ ਲੋਕ ਹੈ ਉਹ ਹਜ਼ਾਰ ਬਾਰ ਸੋਚੇ ਕਿ ਵੀ ਹਮਨੇ ਕਿਸੀ ਕੇ ਸਾਥ, ਔਰਤ ਕੇ ਸਾਥ, ਕਿਸੀ ਕੇ ਸਾਥ ਗਲਤ ਨਹੀਂ ਕਰਨਾ, ਔਰ ਜਿਤਨੀ ਦਰਦਨਾਕ ਮੌਤ ਵੋ ਮਰੀ ਹੈ ਔਰ ਉਸਕੇ ਹਿਸਾਬ ਸੇ ਇਸਕੋ ਵੀ ਵੈਸੀ ਹੀ ਦਰਦਨਾਕ ਸਜ਼ਾ ਮਿਲਣੀ ਚਾਹੀਏ ਥੀ, ਇਹ ਮੇਰੇ ਹਿਸਾਬ ਸੇ ਆਸਾਨ ਮੌਤ ਹੈ। ਕੀ ਸਮਝਦੇ ਹੋ ਕਿ ਪਹਿਲਾਂ ਵੀ ਦਿੱਲੀ ਦੇ ਵਿੱਚ ਵੀ ਨਿਰਭਯਾ ਕਾਂਡ ਹੋਇਆ ਸੀਗਾ, ਉਸ ਤੋਂ ਬਾਅਦ ਇਹ ਹੋਇਆ, ਪੰਜਾਬ 'ਚ ਵੀ ਮਹਿਲਾਵਾਂ ਜਿਹੜੀਆਂ ਸੁਰੱਖਿਅਤ ਮਹਿਸੂਸ ਨਹੀਂ ਆਪਣੇ ਆਪ ਨੂੰ ਕਰ ਰਹੀਆਂ, ਕੀ ਸਮਝਦੇ ਆ ਜਿਹੜਾ ਕਦਮ ਚੁੱਕਿਆ ਗਿਆ ਪੁਲਿਸ ਵੱਲੋਂ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਦਮ ਬਹੁਤ ਅੱਛਾ ਹੈ ਸਰ, ਇੱਕ ਸਟਾਰਟਿੰਗ ਹੈ ਅਤੇ ਇਹਨੂੰ ਕੰਟੀਨਿਊ ਰੱਖਣਾ ਚਾਹੀਦਾ ਹੈ, ਤਾਂ ਕਿ ਸਾਰਿਆਂ ਨੂੰ ਇਹ ਚੀਜ਼ ਦਾ ਮੈਸੇਜ ਮਿਲੇ ਕਿ ਵੀ ਹਾਂ ਇਹਦੀ ਵੀ ਵੀਡੀਓ ਬਣਾ ਕੇ ਭੇਜਣੀ ਚਾਹੀਦੀ ਹੈ, ਵਾਇਰਲ ਹੋਣੀ ਚਾਹੀਦੀ ਹੈ ਇਹੋ ਜਿਹੀ ਵੀਡੀਓਜ਼, ਤਾਂ ਕਿ ਡਰੇ ਕੋਈ ਇਹੋ ਜਿਹੇ ਗਲਤ ਕੰਮ ਕਰਨ ਲੱਗਿਆ ਹਜ਼ਾਰ ਵਾਰੀ ਸੋਚ। ਸਮਝਦੇ ਹੋ ਕਿ ਬਹੁਤ ਵਧੀਆ ਪਨਿਸ਼ਮੈਂਟ ਹੈ? ਬਹੁਤ ਸਹੀ ਪਨਿਸ਼ਮੈਂਟ ਹੈ ਸਰ, ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਅਤੇ ਕਿਆ ਸਮਝਦੇ ਹੋ ਕਿ ਹੁਣ ਮਹਿਲਾਵਾਂ ਜਿਹੜੀਆਂ ਸੁਰੱਖਿਅਤ ਮਹਿਸੂਸ ਕਰਨਗੀਆਂ? ਬਿਲਕੁਲ ਜੀ, ਇਹ ਤਾਂ ਇੱਕ ਕੌਨਫੀਡੈਂਸ ਆਉਣਾ ਸ਼ੁਰੂ ਹੋ ਗਿਆ ਲੇਡੀਜ਼ ਦੇ ਵਿੱਚ, ਜਿਵੇਂ ਕਿ ਹਰ ਜਗ੍ਹਾ 'ਤੇ ਲੇਡੀਜ਼ ਇਨਸਿਕਿਓਰ ਫੀਲ ਕਰਦੀਆਂ ਸੀ, ਹੁਣ ਇੱਕ ਅਲੱਗ ਤਰ੍ਹਾਂ ਦਾ ਕੌਨਫੀਡੈਂਸ ਕ੍ਰੀਏਟ ਹੋ ਗਿਆ
ਕਿ ਵੀ ਹਾਂ ਸਾਡੇ ਵਾਸਤੇ ਸਾਡੀ ਸੁਰੱਖਿਆ ਵਾਸਤੇ ਸਰਕਾਰ ਜਿਹੜੀ ਹੈ ਉਹ ਹੌਲੀ ਹੌਲੀ ਆਪਣੇ ਸਟੈਪ ਲੈ ਰਹੀ ਹੈ ਅੱਗੇ ਆ ਰਹੀ ਹੈ। ਭਾਅ ਜੀ ਕੀ ਨਾਮ ਹੈ ਤੁਹਾਡਾ? ਡਾਕਟਰ ਚੇਤਨ ਸ਼ਰਮਾ ISF। ਆਪਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਇੱਕ ਡਾਕਟਰ ਦਾ ਹੀ ਜਿਹੜਾ ਸੀਗਾ ਬਹਿਰਾਮੀ ਨਾਲ ਕਤਲ ਕੀਤਾ ਗਿਆ, ਪਹਿਲਾਂ ਰੇਪ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਇਹ ਬਹੁਤ ਦਰਿੰਦਗੀ ਵਾਲਾ ਹਾਦਸਾ ਸੀ ਜਿਹੜਾ ਕਿ ਬਹੁਤ ਸਾਰੇ ਇੰਡੀਆ ਦੇ ਵਿੱਚ ਇੱਕ ਰੋਸ਼ ਦੀ ਲਹਿਰ ਚੱਲ ਰਹੀ ਸੀ। ਡਾਕਟਰੀ ਪੇਸ਼ਾ ਇੱਕ ਇਹੋ ਜਿਹਾ ਪੇਸ਼ਾ ਹੈਗਾ ਜਦੋਂ ਡਾਕਟਰ ਨੂੰ ਅੱਧੀ ਰਾਤੀ ਵੀ ਉੱਠ ਕੇ ਜਾਣਾ ਚਾਹੀਦਾ। ਕਿਸੇ ਦੇ ਮਰੇ 'ਤੇ ਆਪਾਂ ਖੁਸ਼ ਨਹੀਂ ਹੈਗੇ, ਪਰ ਜੋ ਅੱਜ ਕੰਮ ਹੋਇਆ ਅੱਜ ਜਸ਼ਨ ਮਨਾਉਣ ਨੂੰ ਜੀ ਕਰ ਰਿਹਾ ਕਿ ਹਾਂ ਵੀ ਤੇਲੰਗਾਨਾ ਪੁਲਿਸ ਨੇ ਬਹੁਤ ਵਧੀਆ ਨਿਰਣੇ ਲਿਆ ਅਤੇ ਇਸ ਕਰਕੇ ਕਿ ਸਾਨੂੰ ਲੜਕੀਆਂ ਦੀ ਸੁਰੱਖਿਅਤ ਕਿਤੇ ਨਜ਼ਰ ਆ ਰਹੀ ਹੈ। ਹੁਣ ਆਪਾਂ ਵੀ ਇੱਕ ਆਹ ਮੰਗ ਕਰਨਾ ਚਾਹੁੰਦੇ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਵਿੱਚ ਸਰਕਾਰ ਨੂੰ ਆ ਚਾਹੀਦਾ ਕਿ ਸੈਲਫ ਡਿਫੈਂਸ ਵਾਸਤੇ ਜਿਵੇਂ ਕਰਾਟਾ ਜਾਂ ਮਾਰਸ਼ਲ ਆਰਟ ਵਗੈਰਾ ਵੀ ਸਪੋਰਟਸ ਸ਼ੁਰੂ ਕੀਤੇ ਜਾਣ। ਕੇਸ਼ਵ ਜੀ, ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਔਰ ਜਿਹੜਾ ਇਨੀਸ਼ੀਏਟਿਵ ਲਿੱਤਾ ਗਿਆ ਵਾ ਹੈਦਰਾਬਾਦ ਪੁਲਿਸ ਵੱਲੋਂ, ਕਿਆ ਲੱਗਦਾ ਸਹੀ? ਬਿਲਕੁਲ, ਮੈਂ ਕਹਾਂਗਾ ਕਿ ਇਹ ਮੈਂ ਸਲਿਊਟ ਕਰਦਾ ਤੇਲੰਗਾਨਾ ਪੁਲਿਸ ਨੂੰ। ਸਾਰੇ ਭਾਰਤ ਦੀ ਪੁਲਿਸ ਨੇ ਤੋਂ ਸਿੱਖਣਾ ਚਾਹੀਦਾ ਕਿ ਅਗਰ ਸਟੈਪ ਪਹਿਲਾਂ ਚੱਕਿਆ ਹੁੰਦਾ ਕਿੰਨੀਆਂ ਨਿਰਮਮ ਜਿਹੜੀਆਂ ਹੱਤਿਆਵਾਂ ਹੋ ਚੁੱਕੀਆਂ ਨੇ, ਉਹਨਾਂ ਦੇ ਉੱਤੇ ਹੁਣ ਤੱਕ ਰੋਕ ਲੱਗ ਚੁੱਕੀ ਹੁੰਦੀ, ਕਈਆਂ ਦੇ ਘਰ ਤਬਾਹ ਹੋ ਚੁੱਕੇ ਨੇ। ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜਾ ਸਕੂਲ ਐਜੂਕੇਸ਼ਨ ਸੰਸਥਾਵਾਂ ਦੇ ਵਿੱਚ ਸੈਲਫ ਡਿਫੈਂਸ ਦਾ ਜਿਹੜਾ ਇੱਕ ਪਾਰਟ ਆ ਜ਼ਰੂਰ ਸ਼ਾਮਿਲ ਕੀਤਾ ਜਾਵੇ ਤਾਂ ਕਿ ਕੁੜੀਆਂ ਜਿਹੜੀਆਂ ਆਪਣੀ ਸੇਫਟੀ ਦੇ ਨਾਲ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਕਰਦੀਆਂ ਨੇ ਜਾਂ ਆਪਣਾ ਪਰਿਵਾਰ ਚਲਾਉਣ ਵਾਸਤੇ ਜੋਬਸ ਕਰਦੀਆਂ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ। ਕਿਆ ਸਮਝਦੇ ਕਿ ਪਨਿਸ਼ ਜੋ ਕੀਤਾ ਬਹੁਤ ਵਧੀਆ ਕੰਮ? ਬਹੁਤ ਅੱਛਾ ਸਟੈਪ ਹੈ ਜੀ। ਅਸੀਂ ਕਹਿੰਦੇ ਹਾਂ ਕਿ ਜਿਹੜਾ ਭਾਰਤ ਦੇ ਵਿੱਚ ਇੱਕ ਹੀ ਕਾਨੂੰਨ ਹੋਣਾ ਚਾਹੀਦਾ ਜਿਵੇਂ ਇਸਲਾਮੀ ਕੰਟਰੀਜ਼ ਨੇ ਜਾਂ ਚਾਈਨਾ ਔਰ ਤੀਸਰੇ ਨੰਬਰ 'ਤੇ ਇੰਡੀਆ ਆਉਂਦਾ, ਜਸਟਿਸ ਡਿਲੇਡ ਜਸਟਿਸ ਡਿਨਾਈਡ ਮੈਂ ਚਾਹੁੰਦਾ ਵੀ ਇਮੀਡੀਏਟ ਇਫੈਕਟ ਹੋਣਾ ਚਾਹੀਦਾ। ਜੇ ਕਿਸੇ ਕੁੜੀ ਦੇ ਨਾਲ ਕੋਈ ਗਲਤ ਹਰਕਤ ਹੁੰਦੀ ਹੈ ਉਹਨੂੰ ਚੌਂਕ ਦੇ ਵਿੱਚ ਇਸ ਤਰ੍ਹਾਂ ਪਨਿਸ਼ ਕੀਤਾ ਜਾਣਾ ਚਾਹੀਦਾ। ਪੰਜਾਬ 'ਚ ਵੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ? ਬਿਲਕੁਲ, ਮੈਂ ਚਾਹੁੰਦਾ ਪੰਜਾਬ ਨੂੰ ਪਹਿਲ ਦੇ ਆਧਾਰ 'ਤੇ ਉੱਤੇ ਆ ਚੀਜ਼ ਨੂੰ ਆਪਟ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ ਵੱਧ ਰਿਹਾ ਨਸ਼ਾ ਉਸ ਦੇ ਉੱਤੇ ਲਗਾਮ ਕੱਸਣ ਵਾਸਤੇ ਇਸ ਤਰੀਕੇ ਦੇ ਸਖਤ ਸਟੈਪ ਚੱਕੇ ਜਾਣ ਤਾਂ ਜੋ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਫੈਸਲਾ ਲਿੱਤਾ ਹੈ ਕਿ ਰਾਤੀ 12 ਵਜੇ ਤੋਂ ਲੈ ਕੇ 6 ਵਜੇ ਤੱਕ ਕੋਈ ਵੀ ਮਹਿਲਾ ਕੋਈ ਵੀ ਪ੍ਰੋਬਲਮ 'ਚ ਹੈਗੀ ਆ ਅਤੇ ਉਹ ਇੱਕ ਮਿਸ ਕਾਲ ਦੇਗੀ ਜਾਂ ਕਾਲ ਕਰਕੇ ਗੱਡੀ ਮੰਗਾ ਸਕਦੀ। ਕਿਆ ਲੱਗਦਾ ਵਧੀਆ ਫੈਸਲਾ ਹੈ? ਮੈਂ ਪੰਜਾਬ ਸਰਕਾਰ ਦੇ ਫੈਸਲੇ ਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਸਾਹਿਬ ਉਹਨਾਂ ਨੇ ਪਹਿਲਾਂ ਹੀ ਬੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਵੂਮੈਨ ਐਮਪਾਵਰਮੈਂਟ ਦੀ ਗੱਲ ਕੀਤੀ ਸੀ, ਇਹ ਜੋਬ ਫੋਰ ਆਵਰੀ ਹਾਊਸਹੋਲਡ ਦੀ ਗੱਲ ਕੀਤੀ ਸੀ। ਅੱਜ ਤੱਕ ਉਹਨਾਂ ਨੇ ਕੋਈ ਵੀ ਆਪਣੀ ਕਮਿਟਮੈਂਟ ਪੂਰੀ ਨਹੀਂ ਕੀਤੀ। ਮੈਂ ਚਾਹੁੰਦਾ ਅਗਰ ਜੇ ਕੋਈ ਉਹਨਾਂ ਨੇ ਫੈਸਲਾ ਲਿਆ ਤਾਂ ਉਹਨੂੰ ਦਿਲੋਂ ਇੰਪਲੀਮੈਂਟ ਕਰਾਉਣ। ਇਹ ਸਨ ਅਲੱਗ ਅਲੱਗ NGOs ਦੇ ਜਿਹੜੇ ਵਿਅਕਤੀ ਨੇ ਔਰ ਸੈਲੀਬ੍ਰੇਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਮੂੰਹ ਮਿੱਠਾ ਕਰਵਾ ਕੇ, ਕਿਉਂਕਿ ਤੇਲੰਗਾਨਾ ਪੁਲਿਸ ਵੱਲੋਂ ਜਿਹੜਾ ਸੀਗਾ ਕਿ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਬਹੁਤ ਵਧੀਆ। ਤੁਸੀਂ ਦੇਖ ਸਕਦੇ ਹੋ ਕਿ ਲੱਡੂ ਖਵਾ ਕੇ ਜਿਹੜਾ ਸੀਗਾ ਉਹ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਔਰ ਖੁਸ਼ੀ ਮਨਾਈ ਜਾ ਰਹੀ ਹੈ ਕਿ ਜੋ ਫੈਸਲਾ ਲਿੱਤਾ ਗਿਆ ਹੈ ਉਹ ਬਹੁਤ ਵਧੀਆ ਫੈਸਲਾ ਹੈ ਔਰ ਅਤੇ ਜਿਹੜਾ ਜੋ ਫੈਸਲਾ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈ ਹੋਣਾ ਚਾਹੀਦਾ। ਹਾਲਾਂਕਿ ਕਈ ਲੋਕ ਜਿਹੜੇ ਨੇ ਇਸ ਚੀਜ਼ ਦੇ ਪੀੜਤ ਹੈਗੇ ਨੇ ਔਰ ਇਸ ਚੀਜ਼ ਦੀ ਗੁਹਾਰ ਲਗਾਉਣ ਵਾਸਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਚੱਲਦਾ ਆ ਰਿਹਾ, ਕਿਉਂਕਿ ਇਹ ਦਿੱਲੀ ਦੇ ਵਿੱਚ ਵੀ ਇੱਕ ਨਿਰਮਲਾ ਕਾਂਡ ਹੋਇਆ ਸੀਗਾ, ਉਸ ਤੋਂ ਬਾਅਦ ਇਹ ਜਿਹੜੀ ਹੈਦਰਾਬਾਦ ਦੀ ਲੜਕੀ ਸੀਗੀ ਇਹਨੂੰ ਵੀ ਜਿਹੜਾ ਸੀਗਾ ਪਹਿਲਾਂ ਰੇਪ ਕੀਤਾ ਗਿਆ, ਉਸ ਤੋਂ ਬਾਅਦ ਉਹਨੂੰ ਬਰਨ ਕਰਕੇ ਉਹਨੂੰ ਮਾਰ ਦਿੱਤਾ ਗਿਆ। ਹਾਲਾਂਕਿ ਪੁਲਿਸ ਦਾ ਇਹੀ ਕਹਿਣਾ ਕਿ ਉਹਨਾਂ ਨੂੰ ਉੱਥੇ ਸ਼ਨਾਖਤ ਵਾਸਤੇ ਲੈ ਕੇ ਗਿਆ ਸੀਗਾ ਕਿ ਔਰ ਤਾਂ ਜੋ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਉਹਨਾਂ ਨੇ ਜਿਹੜੀ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਸੀਗਾ। ਲੇਕਿਨ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਜਿਹੜਾ ਇਹ ਐਨਕਾਊਂਟਰ ਕੀਤਾ ਗਿਆ ਔਰ ਇਹ ਐਨਕਾਊਂਟਰ ਤੋਂ ਬਾਅਦ ਸਾਰੇ ਲੋਕ ਜਿਹੜੇ ਨੇ ਹੈਦਰਾਬਾਦ ਪੁਲਿਸ ਦਾ ਪੂਰਾ ਸਹਿਯੋਗ ਦੇ ਰਹੇ ਨੇ ਔਰ ਕਹਿ ਰਹੇ ਨੇ ਬਹੁਤ ਵਧੀਆ ਕਦਮ ਜਿਹੜਾ ਹੈ ਕੀਤਾ ਗਿਆ ਔਰ ਲੰਬੇ ਸਮੇਂ ਤੱਕ ਜਿਹੜਾ ਇਹ ਕਦਮ ਯਾਦ ਰੱਖਿਆ ਜਾਏਗਾ ਔਰ ਨਾਲ ਹੀ ਇਸ ਕਦਮ ਦੀ ਜਿਹੜੀ ਹੈ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਹੈ ਗੱਡੀ ਨੂੰ ਲੈ ਕੇ ਕਿ ਹੈਲਪਲਾਈਨ ਜਿਹੜੀ ਨੰਬਰ ਇਸ਼ੂ ਕੀਤਾ ਗਿਆ ਉਹ ਵੀ ਜ਼ਰੂਰ ਲੋਕ ਕਹਿ ਰਹੇ ਨੇ ਕਿ ਇੰਪਲੀਮੈਂਟ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਮਹਿਲਾਵਾਂ ਜਿਹੜੀਆਂ ਨੇ ਸੁਰੱਖਿਅਤ ਮਹਿਸੂਸ ਕਰਨ ਔਰ ਮਹਿਲਾਵਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਆਹ ਪਨਿਸ਼ ਹੋਇਆ
ਇਸ ਦੇ ਨਾਲ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੌਨਫੀਡੈਂਸ ਜ਼ਰੂਰ ਜਾਗ ਰਿਹਾ ਹੈ। ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।